ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਗੱਲ ਕਰਨ ਲੱਗੇ ਆਂ ਝੋਨੇ ਵਿੱਚ ਝੰਡਾ ਰੋਗ ਦੀ ਬਿਮਾਰੀ ਨੂੰ ਜੋ ਕਿ ਝੰਡਾ ਰੋਗ ਹੁੰਦਾ ਹੈ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਫਿਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਬੈਲ ਵਾਲਾ ਬਟਨ ਪ੍ਰੈਸ ਕਰ ਲਿਓ ਇਹ ਝੰਡਾ ਰੋਗ ਇੱਕ ਫੰਗਸ ਹੀ ਹੁੰਦੀ ਹੈ ਇਹ ਜਦੋਂ ਬੂਟੇ ਤੇ ਜ਼ਖਮ ਹੋ ਜਾਂਦਾ ਸਮਝੋ ਜਿਵੇਂ ਆਪਣੇ ਜ਼ਖਮ ਹੋ ਜੇ ਇੱਕ ਸਰੀਰ ਤੇ ਉਸ ਤਰ੍ਹਾਂ ਇਹ ਬੂਟੇ ਦੇ ਜ਼ਖਮ ਹੋ ਜਾਂਦਾ ਤਾਂ ਇਨਫੈਕਸ਼ਨ ਹੋ ਜਾਂਦੀ ਆ ਉਥੋਂ ਇਹ ਛੰਡਾ ਰੋਗ ਦੀ ਬਿਮਾਰੀ ਸ਼ੁਰੂ ਹੋ ਜਾਂਦੀ ਐ ਇਹਨੂੰ ਇਹਦਾ ਹੱਲ ਜਾਂ ਤਾਂ ਇਹ ਬੂਟੇ ਪਟਨੇ ਪੈਂਦੇ ਆ ਅਗਰ ਜੇ ਜਾਦੇ ਬੂਟੇ ਹੋ ਜਾਣ ਤਾਂ ਫਿਰ ਇਸ ਦੇ ਹੱਲ ਇਹ ਹੈਗਾ ਆਪਣੇ ਬਾਜ਼ਾਰ ਚੋਂ ਆਮ ਹੀ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਂਦਾ ਸਮਾਨ ਇਹਦਾ ਕੋਈ ਜ਼ਿਆਦਾ ਮਹਿੰਗਾ ਨਹੀਂ ਸਸਤਾ ਯਾ ਤੇ ਟਿਕਾਊ ਸੌਦਾ ਇਹ ਫੜਕੜੀ ਤੇ ਨੀਲਾ ਤੋਤਾ ਫੜਕੜੀ ਆਪਾਂ ਪਾਉਣੀ ਆ ਜੀ ਕਿੱਲੇ ਦੀ 2 ਕਿਲੋ 2 ਕਿਲੋ ਫੜਕੜੀ ਤੇ ਨੀਲਾ ਤੋਤਾ 1/2 ਕਿਲੋ ਇਹ ਦੋਵੇਂ ਆਪਾਂ ਝੋਨੇ ਦੇ ਵਿੱਚ ਪਾ ਦੇਣੇ ਆ ਪਰ ਪੌਣੇ ਗੋਭ ਤੋਂ ਪਹਿਲਾਂ ਪਹਿਲਾਂ ਜਦੋਂ ਝੋਨਾ ਗੋਭ ਚਾਵੇ ਉਸ ਤੋਂ ਪਹਿਲਾਂ ਪਹਿਲਾਂ ਪਾ ਦਿੰਨੇ ਇਹਦਾ ਪਾਉਣ ਦਾ ਤਰੀਕਾ ਵੀ ਤੁਹਾਨੂੰ ਦੱਸਦੇ ਆ ਬਹੁਤ ਸਸਤਾ ਤੇ ਟਕਾਊ ਸੌਦਾ ਜੀ ਇਹ ਤੇ ਪੌਣਾ ਵੀ ਕੋਈ ਐਡਾ ਔਖਾ ਨਹੀਂਗਾ ਇਹ ਤੁਸੀਂ ਪੂਰੀ 2 ਕਿਲੋ ਤੋਲ ਕੇ ਫੜਕੜੀ ਕਿੱਲੇ ਦੀ ਤੇ ਅੱਧਾ ਕਿੱਲਾ ਅੱਧਾ ਕਿਲੋ ਨੀਲਾ ਤੋਥਾ ਨੀਲਾ ਤੋਥੇ ਦਾ ਇੱਕ ਧਿਆਨ ਰੱਖਣਾ ਹੈ ਜੇਕਰ ਨੀਲੇ ਸੋਥਣ ਹੱਥ ਨਾਲ ਤੇ ਅੱਖਾਂ ਨੂੰ ਹੱਥ ਨਾਲ ਲਾ ਲਿਓ ਤੇ ਤੁਹਾਨੂੰ ਪਹਿਲਾਂ ਦੱਸੀ ਜਾਣਾ ਕਿਉਂਕਿ ਅੱਖਾਂ ਖਰਾਬ ਕਰ ਦਿੰਦਾ ਇਹ ਨੀਲਾ ਸੋਥਾ ਉਹ ਆਪਦਾ ਧਿਆਨ ਨਾਲ ਪਾਉਣਾ ਇਹ ਇਹਨਾਂ ਪਾਉਣ ਦਾ ਤਰੀਕਾ ਇਹ ਹੈ ਜੀ ਇਹਨੂੰ ਕਿਸੇ ਕੱਪੜੇ 'ਚ ਬੰਨ ਕੇ ਫੜਕਣੀ ਨੂੰ ਅੱਡ ਬੰਨ ਲਿਓ ਨੀਲਾ ਸੋਥਾ ਅੱਡ ਬੰਨ ਲਿਓ ਜਿੱਥੋਂ ਪਾਣੀ ਲੱਗੂ ਮੂੰਹੇ 'ਚ ਰੱਖ ਲਓ ਉੱਥੇ ਪਾਣੀ ਛੱਡਣ ਤੋਂ ਪਹਿਲਾਂ ਰੱਖ ਦੋ ਜੋ ਪਾਣੀ ਲੱਗੂਗਾ ਤੇ ਖੁਰ ਖੁਰ ਕੇ ਆਪੇ ਸਾਰੇ ਵਾਂਚ ਚ ਚਲਾ ਜਾਊਗਾ 2 ਕਿਲੋ ਫੜਕੜੀ ਤੇ ਅੱਧਾ ਕਿਲੋ ਨੀਲਾ ਤੋਥਾ ਇਹ ਆਮ ਹੀ ਪੰਸਾਰੀ ਦੁਕਾਨ ਤੋਂ ਮਿਲ ਜਾਂਦਾ ਹੈ ਇਹ 150 ਸਵਾ 150 ਕਿਲੋ ਦੇ ਕਰੀਬ ਨੀਲਾ ਤੋਥਾ ਆ ਜਾਂਦਾ ਤੇ ਫੜਕੜੀ ਤਾਂ 100 ਰੁਪਏ ਤੋਂ ਘੱਟ ਹੀ ਤਕਰੀਬਨ ਮਿਲ ਜਾਂਦੀ ਹੈ ਇਹ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਤੇ ਜਲਦੀ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਆਵਾਂਗੇ ਚੈਨਲ ਨਾਲ ਜੁੜੇ ਰਹੋ ਧੰਨਵਾਦ ਜੀ